ਇੱਕ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਦੇ ਵਿੱਚ ਪਿਛਲੇ ਮਹੀਨੇ ਗੈਸ ਲੀਕ ਹੋਣ ਤੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਦੇ ਕਾਰਨ 5 ਸਕੂਲੀ ਬੱਚੇ ਤੇ 2 ਸੇਵਾਦਾਰ ਅੱਗ ਦੀ ਚਪੇੜ ਦੇ ਵਿੱਚ ਆ ਗਏ ਸਨ, ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਹੁਣ ਮੌਤ ਹੋ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਮਾਲੀ ਸਹਾਇਤਾ ਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਪਿਛਲੇ ਮਹੀਨੇ 2 ਅਗਸਤ ਨੂੰ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਦੇ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਦੇ ਵਿੱਚ 5 ਸਕੂਲੀ ਬੱਚੇ ਤੇ 2 ਸੇਵਾਦਾਰ ਅੱਗ ਦੇ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਸਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਸੀ। ਉਹਨਾਂ ਸਕੂਲੀ ਬੱਚਿਆਂ ਵਿੱਚੋਂ ਇੱਕ ਬੱਚਾ ਪਿੰਡ ਪਿਆਰੇ ਆਣਾ ਦਾ ਰਹਿਣ ਵਾਲਾ ਸੀ, ਜਿਸ ਦਾ ਨਾਮ ਰਾਜਪਾਲ ਸੀ ਤੇ ਉਸ ਦੀ ਉਮਰ ਮਹਿਜ਼ 17 ਸਾਲ ਦੀ ਸੀ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਮ੍ਰਿਤਕ ਰਾਜਪਾਲ ਦੇ ਦਾਦਾ ਬਖਸ਼ੀਸ਼ ਸਿੰਘ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਉਹਨਾਂ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਇੱਕ ਜੀ ਨੂੰ ਨੌਕਰੀ ਦੇਵੇ। ਉੱਥੇ ਇਸ ਦੌਰਾਨ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਨੇ ਅਤੇ ਹਰ ਤਰ੍ਹਾਂ ਦੀ ਮਦਦ ਪਰਿਵਾਰ ਦੀ ਕੀਤੀ ਜਾਵੇਗੀ। ਹਾਂਜੀ, ਬੱਚੇ ਦਾ ਨਾਂ ਸੀ ਰਾਜਪਾਲ ਜੀ, ਠੀਕ ਹੈ। ਉਹਨਾਂ ਦੇ ਪਿਤਾ ਦਾ ਨਾਂ ਸੀ ਹੰਸਾ ਸਿੰਘ ਜੀ, ਠੀਕ ਹੈ ਜੀ, ਜੋ ਕਿ ਉਹ +2 ਦੇ ਵਿੱਚ ਪੜ੍ਹਦੇ ਸੀ। ਉਹਨਾਂ ਦੀ ਕਰੀਬ ਜੋ ਉਮਰ ਹੈ 17 ਸਾਲ ਹੈ, ਠੀਕ ਹੈ ਜੀ, ਜੋ ਕਿ ਉਹ ਸਕੂਲ ਤੋਂ ਗੁਰੂ ਘਰ ਜਾਮਨੀ ਸਾਹਿਬ ਬਜੀਤਪੁਰ ਮੱਥਾ ਟੇਕਣ ਚਲੇ ਗਏ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਮੱਥਾ ਟੇਕਿਆ ਜੀ, ਉਸ ਤੋਂ ਬਾਅਦ ਉਹਨਾਂ ਨੇ ਲੰਗਰ ਛਕਿਆ ਜੀ। ਜਦੋਂ ਉਸ ਤੋਂ ਬਾਅਦ ਲੰਗਰ ਛਕ ਕੇ ਜਦੋਂ ਬਾਹਰ ਆਏ ਤੇ ਜੋ ਕਿ ਗੁਰੂ ਜਾਮਨੀ ਸਾਹਿਬ ਦੇ ਮੁੱਖ ਸੇਵਾਦਾਰ ਹੈ, ਜਿਹੜੀ ਸੇਵਾ ਤਨਖਾਹੀ ਹੁੰਦੇ ਆ ਉਹ ਉੱਥੇ ਸੇਵਾ ਕਰਦੇ ਸੀ, ਉਹਨਾਂ ਨੇ ਬੱਚਿਆਂ ਨੂੰ ਆਵਾਜ਼ ਮਾਰ ਲਈ। ਜਦੋਂ ਉਹਨਾਂ ਨੇ ਬੱਚਿਆਂ ਨੂੰ ਆਵਾਜ਼ ਮਾਰੀ, ਬੱਚਿਆਂ ਨੇ ਉੱਥੇ ਭਾਂਡੇ ਰੱਖ ਕੇ ਉਹ ਉਹਨਾਂ ਨੂੰ ਸੇਵਾ ਕਰਨ ਨੂੰ ਕਹਿਤਾ ਵੀ ਜਿਹੜੀ ਸਿਲੰਡਰ ਹੈ ਉਹ ਅੱਗੇ ਪਿੱਛੇ ਕਰ ਦਿਓ, ਕਮਰੇ ਦੇ ਵਿੱਚ ਬੁਲਾ ਲਿਆ ਜੀ, ਠੀਕ ਹੈ। ਉਹ ਕਾਰਨ ਇਹ ਹੋਇਆ ਵੀ ਜਿਹੜੀ ਸਿਲੰਡਰ ਦੀ ਪਲਟੀ ਕਰ ਰਹੀ ਸੀ, ਇਹ ਇੱਕ ਦੂਜੇ ਸਿਲੰਡਰ 'ਚ ਪਲਟੀ ਕਰ ਰਹੇ ਸੀ। ਉਸ ਤੋਂ ਬਾਅਦ ਜਿਹੜੀ ਗੈਸ ਸੀ ਉਹ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਖਿਲਰ ਚੁੱਕੀ ਸੀ। ਉਸ ਦੇ ਨਾਲ ਹੀ ਇੱਕ ਲੰਗਰ ਹਾਲ ਸੀ ਇਹਨਾਂ ਦਾ, ਜਿੱਥੇ ਇਹਨਾਂ ਦੀ ਪ੍ਰਸ਼ਾਦਾ ਤਿਆਰ ਹੁੰਦਾ ਜੀ। ਉਹਦੇ ਵਿੱਚ ਕੰਧ ਵਿੱਚ ਇੱਕ ਮੋਰੀ ਸੀ, ਉੱਥੋਂ ਦੀ ਗੈਸ ਜਿਹੜੀ ਸੀ ਉਹ ਲੀਕ ਹੋ ਗਈ। ਜਦੋਂ ਉੱਥੇ ਉਹਨਾਂ ਨੇ ਲੰਗਰ ਹਾਲ ਦੇ ਵਿੱਚ ਜਦੋਂ ਭੱਠੀ ਚਲਾਈ, ਉਹ ਜਿਹੜੀ ਅੱਗ ਸੀ ਉਸ ਕਮਰੇ 'ਚ ਆ ਗਈ। ਉਹਦੇ ਵਿੱਚ 5 ਸਾਡੇ ਪਿੰਡ ਦੇ ਬੱਚੇ ਸੀ, ਇੱਕ ਇਹਨਾਂ 2 ਇਹਨਾਂ ਦੇ ਤਨਖਾਹੀਏ ਸੀ, ਇੱਕ ਸਾਡੇ ਇੱਥੇ ਪਿੰਡ ਨਾਲ ਇੱਕ ਮੱਗਰ, ਇੱਕ ਛੌਣੀ ਸ਼ਹਿਰ ਦਾ ਮੁੱਖ ਸੇਵਾਦਾਰ ਸੀ, ਉਹ ਤਨਖਾਹੀਏ ਸੀ 2, 5 ਸਾਡੇ ਬੱਚੇ ਸੇਵਾਦਾਰ ਸੀ। ਉਹਦੇ ਵਿੱਚ ਜਦੋਂ ਅੱਗ ਲੱਗ ਗਈ, ਨੁਕਸਾਨ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਸਿਮਲਾ ਹਸਪਤਾਲ ਲੈ ਗਏ ਜੀ, ਠੀਕ ਹੈ। ਜਿਹੜੇ ਜੋ ਕਿ ਤਨਖਾਹੀਏ ਸੀ ਉਹਨਾਂ ਨੂੰ ਲੁਧਿਆਣਾ DMC ਲੈ ਗਏ, ਜੋ ਸਾਡੇ ਬੱਚੇ ਸੀ ਉਹ ਮੈਡੀਕਲ ਲੈ ਗਏ ਜੀ। ਉੱਥੇ ਸਾਨੂੰ ਮੈਂ ਪਹਿਲਾਂ ਵੀ ਮੀਡੀਆ 'ਚ ਬੋਲਿਆ, ਪਰ ਜੋ ਕਿ ਸਾਡਾ ਚੰਗੇ ਪ੍ਰਾਈਵੇਟ ਹਸਪਤਾਲ ਦੇ ਬੱਚਿਆਂ ਦੇ ਵਿੱਚ ਇਲਾਜ ਕਰਾਇਆ ਜਾਵੇ, ਪਰ ਪ੍ਰੋਪਰ ਇਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ। ਇਹਨਾਂ ਨੇ ਕਿਹਾ ਵੀ
ਚਲੋ ਇੱਥੇ ਇਲਾਜ ਠੀਕ ਹੈ, ਅਸੀਂ ਕਿਹਾ ਚਲੋ ਠੀਕ ਹੈ ਫਿਰ ਜੀ ਚੱਲਦਾ, ਪਰ ਸਾਨੂੰ ਇਹ ਬੱਚੇ ਦਾ ਤਾਂ ਚਲੋ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ, ਮੇਰੇ ਬੱਚੇ ਜਿਹੜੇ ਪਿੰਡ ਦੇ ਜਿਹੜੇ ਪੰਜ ਬੱਚੇ ਹੋਰ ਆ ਉੱਥੇ ਚਾਰ, ਅਸੀਂ ਉਹਨਾਂ ਨੂੰ ਕਹਿੰਦੇ ਵੀ ਕਿਤੇ ਚੰਗੇ ਹਸਪਤਾਲ 'ਚ ਲਿਜਾ ਕੇ ਇਲਾਜ ਕਰਾਇਆ ਜਾਵੇ ਉਹਨਾਂ ਦਾ ਵੀ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ। ਦੂਸਰੀ ਬੇਨਤੀ ਇਹ ਆ ਜੋ ਲੁਧਿਆਣੇ ਇਹਨਾਂ ਦਾ ਤਨਖਾਹੀਆ ਸੇਵਾਦਾਰ ਦੀ ਉਹਦੀ ਵੀ ਡੈਥ ਹੋ ਚੁੱਕੀ ਆ, ਉਸ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਇਹਨਾਂ ਨੇ 5 ਲੱਖ ਰੁਪਈਆ, ਇੱਕ ਉਹਦੇ ਮਿਸਿਸ ਨੂੰ ਜੋ ਨੌਕਰੀ ਦਿੱਤੀ ਇੱਥੇ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ। ਅਸੀਂ ਪਰਿਵਾਰ ਵੱਲੋਂ ਪਿੰਡ ਵੱਲੋਂ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਇਹਨਾਂ ਨੂੰ ਮਾਲੀ ਸਹਾਇਤਾ ਮਿਲੀ ਜਾਵੇ 5 ਲੱਖ ਰੁਪਈਆ, ਅਤੇ ਰਾਜਪਾਲ ਦਾ ਜਿਹੜਾ ਵੱਡਾ ਭਰਾ ਹੈ ਰਾਜਵਿੰਦਰ ਉਹਨੂੰ ਉੱਥੇ ਨੌਕਰੀ 'ਤੇ ਲਾਇਆ ਜਾਵੇ, ਸਾਡੀ ਇਹੀ ਪਰਿਵਾਰ ਵੱਲੋਂ ਅਤੇ ਪਿੰਡ ਵੱਲੋਂ ਮੰਗ ਹੈ ਜੀ। ਕਮੇਟੀ ਨਾਲ ਹੁਣ ਗੱਲ ਹੋਈ ਹੈ ਜੀ, ਉਹ ਕਹਿੰਦੇ 5 ਲੱਖ ਰੁਪਈਆ ਵੀ ਦੇਵਾਂਗੇ ਅਤੇ ਇਹਨਾਂ ਨੂੰ ਨੌਕਰੀ ਵੀ ਦੇਵਾਂਗੇ। ਸਰਦਾਰ ਬਲਵਿੰਦਰ ਸਿੰਘ ਭੰਬਲੰਡਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਉਹ ਵੀ ਆਏ ਆ, ਅਤੇ ਬਜੀਤਪੁਰ ਦੇ ਮੈਨੇਜਰ ਸਾਹਿਬ ਉਹ ਵੀ ਆਏ ਜੀ, ਇੱਥੇ ਆਏ ਹੋਏ ਨੇ। ਹੁਣ ਹਾਂਜੀ, ਇਹਦੀ ਡੈਥ ਕਦੋਂ ਹੋਈ ਹੈ? ਡੈਥ ਜੀ ਕੱਲ੍ਹ ਹੋਈ ਹੈ 3:15 ਵਜੇ। ਕਿੰਨੀ ਉਮਰ ਹੈਗੀ ਸੀ? ਬੱਚੇ ਦੀ ਉਮਰ 17 ਸਾਲ ਜੀ। ਕੀ ਨਾਮ ਹੈਗਾ ਜੀ? ਰਾਜਪਾਲ ਜੀ। ਹੁਣ ਪਰਿਵਾਰ ਦਾ ਬੁਰਾ ਹਾਲ ਹੈ? ਹਾਂਜੀ, ਬਹੁਤ ਹੀ ਮੰਦਭਾਗੀ ਹੈ ਜੀ, ਬਹੁਤ ਬੁਰਾ ਹਾਲ ਹੈ ਜੀ ਇਹਨਾਂ ਦਾ, ਜਿਹੜਾ ਇਸ ਟਾਈਮ ਤਾਂ ਬਹੁਤ ਜ਼ਿਆਦਾ ਹੀ ਮੰਦਾ ਹਾਲ ਹੋ ਗਿਆ ਜੀ, ਬੱਚਿਆਂ ਦਾ, ਪਰਿਵਾਰ ਦਾ ਹੀ ਸਾਰਾ ਤਾਂ ਹੋ ਗਿਆ ਜੀ। ਤੁਸੀਂ ਆਪ ਦੇਖ ਹੀ ਲਓ ਜੀ ਜਨਤਾ ਦਾ ਕੀ ਹਾਲ, ਕੀ ਕਰ ਰਹੇ, ਕੀ ਨਹੀਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਜੀ ਮਹਿੰਦਰ ਸਿੰਘ, ਸਰਪੰਚ ਹੈ ਜੀ। ਪਰਿਵਾਰ ਵਿੱਚ ਜੀ ਇੱਕ ਤਾਂ ਇਹਦਾ ਦਾਦਾ ਜੀ, ਇੱਕ ਇਹਦੀ ਦਾਦੀ ਆ, ਇੱਕ ਇਹਦੀ ਮਾਤਾ ਡੈਡੀ ਆ, ਅਤੇ ਇੱਕ ਇਹਦਾ ਭਰਾ ਰਾਜਵਿੰਦਰ ਹੈ ਜੀ। ਇਹ 5 ਪਰਿਵਾਰ ਹੈ ਜੀ ਘਰ ਦੇ ਵਿੱਚ। ਭੈਣ ਇੱਕ ਹੈਗੀ ਜੀ, ਉਹ ਵਿਆਹੀ ਹੈ ਜੀ। ਇਹ ਜੀ ਉੱਥੇ ਲੰਗਰ ਛਕਣ ਗਏ। ਕਿਹੜਾ ਗੁਰਦੁਆਰਾ ਸਾਹਿਬ? ਇੱਥੇ ਜਾਮ ਸਾਹਿਬ ਜੀਤਪੁਰ। ਤਾਂ ਇਹ ਕਿੱਥੇ ਹਸਪਤਾਲ 'ਚ ਐਡਮਿਟ ਸੀ ਜਦੋਂ ਹਾਦਸਾ ਹੋਇਆ? ਫਰੀਦਕੋਟ ਜੀ। ਅੱਛਾ, ਅਤੇ ਹੁਣ ਕਿੱਥੇ ਸੀਗਾ? ਹੁਣ ਫਰੀਦਕੋਟ ਸੀ। ਅੱਛਾ, ਅਤੇ ਡੈਥ ਹੋ ਗਈ ਹੈ? ਹਾਂਜੀ। ਕਿੰਨੀ ਉਮਰ ਹੈਗੀ ਸੀ? 17 ਸਾਲ। ਕੀ ਨਾਮ ਹੈਗਾ ਸੀਗਾ? ਰਾਜਪਾਲ ਜੀ। ਰਾਜਪਾਲ। ਪਰਿਵਾਰ ਦੇ ਵਿੱਚ ਰਾਜਪਾਲ ਦੇ ਕੌਣ ਕੌਣ ਸੀਗੇ? ਉੱਥੇ ਹੈਗਾ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ? ਘਰਦਾ ਜੀ, ਹਰਸਾ ਸਿੰਘ ਜੀ, ਅਤੇ ਉਹਦੀ ਮੰਮੀ ਹੈ ਸੰਤੋ ਕੌਰ, ਇੱਕ ਬੇਟਾ ਭਰਾ ਉਹਦਾ, ਇੱਕ ਭੈਣ ਹੈ ਜੀ। ਮੰਗ ਜੀ, ਜਿਹੜੀ ਉਹਨਾਂ ਜਿਹੜੀ ਪਹਿਲੇ ਬੰਦੇ ਨੂੰ ਸਹਾਇਤਾ ਦਿੱਤੀ ਉਹ ਸਾਨੂੰ ਸਹਾਇਤਾ ਮਿਲਣੀ ਚਾਹੀਦੀ ਹੈ, ਅਤੇ ਇੱਕ ਪੁੱਤਰ ਉਹਦਾ ਭਰਾ ਉਹਨੂੰ ਨੌਕਰੀ ਲਾਉਣਾ ਚਾਹੀਦਾ। ਇਹ ਜੋ ਘਟਨਾ ਵਾਪਰੀ ਹੈ ਜੀ, ਇਹ ਪਿੱਛੇ ਜੋ 2/8 ਨੂੰ ਸਰਦਾਰ ਜਾਮਨੀ ਸਾਹਿਬ ਦੇ ਡੀਸ ਲੈ ਗੈਸ ਲੀਕ ਨਾ ਹੋਣ ਨਾ ਕੋਈ ਉੱਥੇ ਬਲਾਸਟ ਹੋਇਆ ਸੀ, ਉਹਦੇ ਵਿੱਚ ਬੱਚਾ ਜ਼ਖਮੀ ਸੀ, ਇਹਦੀ ਅੱਜ ਸਿਵ ਆਪਣਾ ਮੈਡੀਕਲ ਕਾਲਜ ਫਰੀਦਕੋਟ ਡੈਥ ਹੋ ਗਿਆ, ਮੁੰਡਾ ਰਾਜਪਾਲ ਸਿੰਘ ਪਿਆਰਿਆਂ ਨੇ ਤੋਂ। ਬਹੁਤ ਮਨਭਾਗੀ ਘਟਨਾ, ਜੋ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਹੋਏ ਆਦੇਸ਼ ਅਨੁਸਾਰ ਇਹਨਾਂ ਸਾਰੇ ਜੋ ਜ਼ਖਮੀ ਬੱਚੇ ਸੀ ਇਹਨਾਂ ਦਾ ਇਲਾਜ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਸੀ, ਸਾਰੇ ਸਾਨੂੰ ਹਦਾਇਤ ਸੀ ਵੀ ਸਾਰਾ ਇਲਾਜ ਕਰਵਾਇਆ ਜਾਵੇ। ਅਸੀਂ ਬੜੀ ਪੂਰੀ ਕੋਸ਼ਿਸ਼ ਕੀਤੀ ਪਰਿਵਾਰ ਦੀ, ਬੱਚਿਆਂ ਦੀ, ਵੀ ਅਸੀਂ ਇਹਨੂੰ ਬਚਾਇਆ ਜਾਵੇ, ਪਰਿਵਾਰਾਂ ਦੇ ਹੱਥ ਬੱਚੇ ਸਹੀ ਸਲਾਮਤ ਦਿੱਤੇ ਜਾਣ,
ਪਰ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹਨਾਂ ਦੇ ਚੁੰਨੀ ਸਵਾਸ ਲਿਖੇ ਸੀ ਅਤੇ ਅੱਜ ਉਹ ਬੱਚੇ ਦੀ ਮੌਤ ਹੋ ਗਈ। ਤਾਂ ਕਮੇਟੀ ਕੀ ਕਰ ਰਹੀ ਹੈਗੀ ਜੀ ਪਰਿਵਾਰ ਦੇ ਨਾਲ? ਹਾਂ, ਕਮੇਟੀਆਂ ਦੇ ਬਾਰੇ ਅਸੀਂ ਮੈਂਬਰ ਸਾਹਿਬਾਨ ਨਾਲ ਵਿਚਾਰ ਕਰ ਰਹੇ ਹਾਂ ਸਾਰੀ ਇਹਦੇ ਬਾਰੇ, ਜੋ ਅਸੀਂ ਵਿਚਾਰ ਕਰਕੇ ਮਤਾ ਕੱਲ੍ਹ ਤੱਕ ਪਾ ਕੇ ਦਫ਼ਤਰ ਭੇਜ ਦਿਆਂਗੇ ਅਤੇ ਜੋ ਵੀ ਉਹਦਾ ਅਨਾਊਂਸਮੈਂਟ ਮਤਲਬ ਭੂਗ ਵਾਲੇ ਦਿਨ ਕੀਤੀ ਜਾਵੇ। ਪਰਿਵਾਰ ਦੇ ਨਾਲ ਖੜਾ ਬਿਲਕੁਲ ਜੀ, ਬਿਲਕੁਲ ਸੰਸਥਾ ਨੂੰ ਪੂਰੀ ਹਮਦਰਦੀ ਪਰਿਵਾਰ ਦੇ ਨਾਲ, ਅਸੀਂ ਸੰਸਥਾ ਦੇ ਨਾਲ ਪਰਿਵਾਰ ਦੇ ਨਾਲ ਖੜੇ ਹਾਂ। ਅਸੀਂ ਮਤਲਬ ਕਿ ਇਹ ਨਹੀਂ ਹੈਗਾ ਵੀ ਜੇ ਕੋਈ ਕਿਸੇ ਦੇ ਕਹਿਣ 'ਤੇ ਕਰਾਂਗੇ ਜਾਂ ਕਿਸੇ ਦਬਾਅ ਥੱਲੇ ਕਰਾਂਗੇ, ਕਿਉਂਕਿ ਸੰਸਥਾ ਜ਼ਿੰਮੇਵਾਰੀ ਬਣਦੀ ਹੈ ਪਰਿਵਾਰਾਂ ਸਾਡੀ ਹਮਦਰਦੀ ਹੈ, ਗਰੀਬ ਪਰਿਵਾਰ ਦੇਖਿਆ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਇਹਦੀ ਪਰਿਵਾਰ ਦੀ ਸਹਾਇਤਾ ਕਰ ਸਕੇ ਸੰਸਥਾ ਕਰੇ। ਕੀ ਨਾਮ ਹੈ ਤੁਹਾਡਾ ਪੂਰਾ? ਕੁਲਵੰਤ ਸਿੰਘ ਮਹਿੰਦਰ।